बटाला दे कस्बा फतेहगढ़ चूड़िया विच उस समय सिखां विच रोह दी लहर फैल गई जदों एक घर दे बाहर गुटका साहिब दे अगन पेंट होए अंग मिले। घटना की सूचना मिलते ही सिख भाईचारे ने गुटका साहिब दे अगन पेंट होए अंग इकट्ठे किए ते दोषी परिवार खिलाफ मामला दर्ज करवा दिता। मौके ते पहुंचे धर्म प्रचारक जगदेव सिंह ने दस्सिया कि दोषी बलविंदर सिंह दे घर दे बाहर रद्दी साड़ी जा रही सी जिन्हां ते राहगीरां दी नज़र पई। उस रद्दी विच गुटका साहिब दे अंग भी शामिल सन। जिस तो बाद यह मामला श्री अकाल तखत साहिब दे ध्यान विच लिया गया ते श्री अकाल तखत साहिब वल्लों घटना की जानकारी पुलिस नूं दित्ती गई। फिलहाल पुलिस वल्लों दोषियों खिलाफ धारा 295 का परचा दर्ज कर लिया गया है। वाहिगुरु जी का खालसा वाहिगुरु जी की फतेह। मानयोग सिंह साहिब ज्ञानी हरप्रीत सिंह जी जथेदार श्री अकाल तख्त साहिब जी वल्लों अज बाद दुपहर आदेश प्राप्त होया कि फतेहगढ़ चूड़िया के अंदर गुटका साहब की बेअदबी हुई है, मौके पर जाके ही आप जी पड़ताल करो। सिंह साहब जी के मानयोग प्रधान जी के आदेशों से भाई करतार सिंह जी इंचार्ज धर्म प्रचार कमेटी, भाई सुखविंदर सिंह जी अगवान ते मेरे प्रचारक वीर मौके पर पड़ताल करने वास्ते आए। बहुत सारिया सिख संगत इतें पहुंचिया सन। मौके पर आके पता लग्या कि बलविंदर सिंह जी जो प्राइवेट तौर पर ट्विशर की ड्यूटी निभाते ने उन्होंने परिवार वालों बेअदबी हुई है। मौके पर ही पुलिस प्रशासन भी पहुंचा सी, उन्होंने धनवादी हाँ कि जिन्होंने बनती हुई कार्रवाई दोषियों के उपर की है। 295 ए का परचा दर्ज किया गया है। अगह तो भी सिख संगत को बेनती है कि सचेत हो के गुरु ग्रंथ साहब जी का गुरबाणी के गुटकियां का अदब सत्कार कायम रखा जाए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਦਮਨ ਸਿੰਘ ਉਹਨਾਂ ਨੇ ਸਾਡੇ ਕੋਲ ਇੱਕ ਬਿਆਨ ਲਿਖਵਾਇਆ ਵੀ ਅੱਜ ਹਵਾ ਜਦੋਂ ਵਗਦੀ ਸੀਗੀ ਹਵਾ ਵਗਦੀ ਤੇ ਝੁਕੜੀ ਵਿੱਚ ਤੁਰੇ ਆਉਂਦੇ ਸੀ ਤੇ ਗੁਟਕਾ ਸਾਹਿਬ ਦੇ ਅੰਦਰ ਅੱਧ ਜਲੇ ਹੋਏ ਉਹਦੀ ਗਲੀ ਦੇ ਵਿੱਚ ਉਹਨਾਂ ਨੇ ਦੇਖੇ ਤੇ ਉਹ ਦੇਖਦਿਆਂ ਦੇਖਦਿਆਂ ਉਹਨਾਂ ਨੇ ਪੜਤਾਲ ਕੀਤੀ ਵੀ ਕਿਹੜੀ ਸਾਈਡ ਤੋਂ ਆਏ। ਥੋੜ੍ਹੇ ਅੱਗੇ ਗਏ ਤੇ ਉੱਥੇ ਕੁਛ ਹੋਰ ਇੱਕ ਪੰਜਾਬੀ ਦੇ ਲਿਟਰੇਚਰ ਨੂੰ ਅੱਗ ਲਾਈ ਹੋਈ ਸੀਗੀ ਜਿਹੜਾ ਕੋਈ ਪੰਜਾਬੀ ਦਾ ਹੱਥ ਲਿਖਤ ਲਿਟਰੇਚਰ ਸੀ ਕਿਸੇ ਦਾ। ਉਹਨਾਂ ਨੇ ਉਹਦੀ ਪੜਤਾਲ ਕੀਤੀ ਆਪਣੇ ਬਿਆਨ 'ਚ ਲਿਖਾਇਆ ਵੀ ਦੇਖਿਆ ਵੀ ਇੱਕ ਬਲਵਿੰਦਰ ਸਿੰਘ ਜੋ ਟਵਿਸ਼ਰ ਆ ਉੱਥੇ ਗੁਆਂਢ ਵਿੱਚ ਹੀ ਰਹਿੰਦਾ ਵੀ ਉਹਦੇ ਹੱਥ ਲਿਖਤ ਅਤੇ ਥੱਲੇ ਉਹਦੇ ਸਾਈਨ ਹੋਏ ਵਿੱਚ ਅੱਧ ਜਲੇ ਹੋਈਆਂ ਲਿਟਰੇਚਰ ਹੋਰ ਉੱਥੋਂ ਮਿਲਿਆ ਜੀ। ਉਹਨਾਂ ਨੇ ਬਲਵਿੰਦਰ ਸਿੰਘ ਨੂੰ ਕਹਿੰਦੇ ਅਸੀਂ ਬੁਲਾ ਲਿਆ ਮੌਕੇ 'ਤੇ, ਉਹਨਾਂ ਦੇ ਪਰਿਵਾਰ ਨੂੰ ਬੁਲਾਇਆ ਜਿਨ੍ਹਾਂ ਨੇ ਕਿਹਾ ਵੀ ਪਰਸੋਂ ਅਸੀਂ ਇੱਥੇ ਇੱਕ ਘਰ ਦੇ ਵਿੱਚੋਂ ਪੁਰਾਣਾ ਲਿਟਰੇਚਰ ਕੱਢ ਕੇ ਅਸੀਂ ਜਿਹੜਾ ਇਹ ਅੱਗ ਲਾਈ ਸੀਗੀ ਜਿਹਦੇ ਵਿੱਚ ਉਹਨਾਂ ਤੋਂ ਇਹ ਗੁਟਕਾ ਸਾਹਿਬ ਦੇ ਜਿਹੜੇ ਅੰਗ ਆ ਉਹ ਵਿੱਚ ਆ ਗਏ ਵੀ ਸਾਨੂੰ ਗਲਤੀ ਹੋਈ ਆ ਇਹ ਵੀ ਉਹਨਾਂ ਨੇ ਬਿਆਨ ਦੇ ਵਿੱਚ ਲਿਖਵਾਇਆ। ਅਸੀਂ ਉਹਨਾਂ ਦਾ ਬਿਆਨ ਲਿਖ ਕੇ 295 ਏ ਆਈ ਪੀ ਸੀ ਦੇ ਤਹਿਤ ਜਿਹੜੀ ਆ ਬਲਵਿੰਦਰ ਸਿੰਘ ਜੌਹਰ ਜਿਹੜੇ ਕਮਿਸ਼ਨ ਨੇ ਉਹਨਾਂ ਦਾ ਬੇਟਾ ਇੱਕ ਗੁਰਜੀਤ ਸਿੰਘ ਰਾਜੂ ਅਤੇ ਇੱਕ ਪਰਵਿੰਦਰ ਕੌਰ ਉਹਨਾਂ ਦੀ ਨੂੰਹ ਆ ਜਿਹੜਾ ਤਿੰਨਾਂ ਦੇ ਖਿਲਾਫ 295 ਏ ਆਈ ਪੀ ਸੀ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਆ ਅਤੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਅਸੀਂ ਜਿਹੜੀ ਪਾਈ ਹੈ। ਹਾਲਾਂਕਿ ਦੋਸ਼ੀ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਗੁਟਕਾ ਸਾਹਿਬ ਗਲਤੀ ਨਾਲ ਅਗਨ ਪੇਂਟ ਹੋਏ ਨੇ। ਮੈਂ ਇਹ ਗੁਨਾਹ ਨੂੰ ਨਹੀਂ, ਮੈਂ ਤਾਂ ਆਪਣੇ ਆਪ 'ਚ ਸ਼ਰਮ 'ਚ ਮਰਦਾ ਵੀ ਨਹੀਂ ਇਹ ਕੰਮ ਕਰਨਾ। ਦੱਸ ਦਈਏ ਕਿ ਪੁਲਿਸ ਵੱਲੋਂ ਦੋਸ਼ੀ ਬਲਵਿੰਦਰ ਸਿੰਘ, ਉਸ ਦੇ ਪੁੱਤਰ ਗੁਰਜੀਤ ਸਿੰਘ ਤੇ ਉਸ ਦੀ ਨੂੰਹ ਪਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਟਾਲਾ ਤੋਂ ਗੁਰਪ੍ਰੀਤ ਚਾਵਲਾ, ਜਗਬਾਣੀ ਟੀਵੀ।